ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਟੱਕ ਹੈ ਜਿਹੜਾ ਲੈ ਕੇ ਆਏ ਹਾਂ। ਤਕਰੀਬਨ ਇਹ ਆਪਾਂ ਕਹਿ ਸਕਦੇ ਹਾਂ 12 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈਗੀ ਆ, ਵਿੱਚ ਮੋਟਰ ਕਨੈਕਸ਼ਨ ਲੱਗਿਆ ਹੋਇਆ, ਮੋਟਰ ਲੱਗੀ ਹੋਈ ਹੈ ਅਤੇ ਨਹਿਰ ਦਾ ਪਾਣੀ ਵੀ ਲੱਗਦਾ ਹੈ। ਅਤੇ ਝੋਨਾ, ਕਣਕ, ਫਲ, ਸਬਜ਼ੀਆਂ, ਕੋਈ ਵੀ ਫਸਲ ਹੈ ਜਿਹੜੀ ਤੁਸੀਂ ਇਸ ਜ਼ਮੀਨ ਦੇ ਵਿੱਚ ਬੀਜ ਸਕਦੇ ਹੋ। ਅਤੇ ਹੁਣ ਜੇ ਮੌਕੇ ਦੀ ਗੱਲ ਕਰੀਏ ਤਾਂ ਝੋਨਾ ਜਾਂ ਕਣਕ ਹੈ ਇਸ ਜ਼ਮੀਨ ਦੇ ਵਿੱਚ ਬੀਜੀ ਜਾਂਦੀ ਹੈ। ਜੇ ਸੜਕ ਤੋਂ ਗੱਲ ਕਰੀਏ ਤਾਂ ਕਹਿ ਸਕਦੇ ਆਪਾਂ ਸਿੰਗਲ ਸੜਕ ਤੋਂ 1 ਕਿੱਲਾ ਪਿੱਛੇ ਹਟ ਕੇ 11 ਫੁੱਟੀ ਪਈ ਦੇ ਉੱਪਰ ਇਹ ਜ਼ਮੀਨ ਹੈ ਜਿਹੜੀ ਲੱਗਦੀ ਹੈ। ਅਤੇ ਤਕਸੀਮ ਦਾ ਇਹ ਟੱਕ ਹੈਗਾ ਅਤੇ ਇੰਡਸਟਰੀ ਵਾਸਤੇ ਵੀ ਬਹੁਤ ਵਧੀਆ ਜ਼ਮੀਨ ਹੈ ਇਹ, ਅਤੇ ਖੇਤੀਬਾੜੀ ਵਾਸਤੇ ਵੀ ਬਹੁਤ ਵਧੀਆ ਜਿਹੜੀ ਜ਼ਮੀਨ ਹੈਗੀ ਹੈ। ਅਤੇ ਜ਼ਮੀਨ ਦੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਤਕਰੀਬਨ ਡਿਮਾਂਡ ਹੈ ਜਿਹੜੀ ਹੈਗੀ ਹੈ 38 ਲੱਖ ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਜ਼ਮੀਨ ਦੀ ਜਿਹੜੀ ਡਿਮਾਂਡ ਹੈ ਉਹ ਕੀਤੀ ਜਾ ਰਹੀ ਹੈ। ਅਤੇ ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਹੇਠਾਂ ਦਿੱਤੇ ਜਿਹੜੇ ਨੰਬਰ ਨੇ ਉਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ, ਇਹ ਜ਼ਮੀਨ ਦੇਖ ਸਕਦੇ ਹੋ, ਇਸ ਜ਼ਮੀਨ ਬਾਰੇ ਪੁੱਛ ਗਿੱਛ ਹੈ ਜਿਹੜੀ ਕਰ ਸਕਦੇ ਹੋ। ਅਤੇ ਜਿਹੜਾ ਇਸ ਜ਼ਮੀਨ ਦਾ ਠੇਕਾ ਹੈ, ਸਾਲਾਨਾ ਠੇਕੇ 'ਤੇ ਵੀ ਚੜ੍ਹਦੀ ਹੈ ਇਹ ਜ਼ਮੀਨ, ਤਾਂ ਤਕਰੀਬਨ 70 ਤੋਂ 80 ਹਜ਼ਾਰ ਰੁਪਈਆ ਜਿਹੜਾ ਇਹਦਾ ਸਾਲਾਨਾ ਠੇਕਾ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਹੈ ਜਿਹੜੀ ਲੱਗਦੀ ਹੈ। ਅਤੇ ਜੇ ਆਪਾਂ ਗੱਲ ਕਰੀਏ ਵੀ ਇਸ ਜ਼ਮੀਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਪਹੀ ਜਿਹੜੀ ਹੈਗੀ ਹੈ ਤਕਰੀਬਨ 3-4 ਏਕੜ ਹੈ ਜਿਹੜੀ ਪਹੀ ਦੇ ਉੱਪਰ ਹੀ ਜ਼ਮੀਨ ਹੈ ਇਹ ਲੱਗਦੀ ਹੈ। ਅਤੇ ਇਸ ਜ਼ਮੀਨ ਨੂੰ ਜਿਹੜੀ ਇੱਕ ਗੱਲ ਹੋਰ ਹੈ, ਰਾਸਤੇ ਵੀ 2 ਨੇ, ਇਸ ਜ਼ਮੀਨ ਨੂੰ 2 ਰਾਸਤੇ ਲੱਗਦੇ ਹੈ। ਅਤੇ ਜਿਵੇਂ ਪਹਿਲਾਂ ਦੱਸਿਆ ਸੀ ਕਿ ਹਰ ਪ੍ਰਕਾਰ ਦੀ ਫਸਲ ਹੈ ਇੱਥੇ ਬੀਜੀ ਜਾ ਸਕਦੀ ਹੈ। ਅਤੇ ਜੇ ਇਸ ਸਾਡੇ ਚੈਨਲ ਦੇ ਉੱਪਰ ਹੋਰ ਕੋਈ ਜ਼ਮੀਨ ਦੇ ਵੇਚਣ ਵਾਸਤੇ ਐਡ ਪਵਾਉਣਾ ਚਾਹੁੰਦਾ ਹੈ ਜਾਂ ਹੋਰ ਆਪਣੀ ਜ਼ਮੀਨ, ਮਕਾਨ, ਕੋਠੀਆਂ, ਪਲਾਟ ਕੁਛ ਵੀ ਵੇਚਣਾ ਚਾਹੁੰਦਾ ਤਾਂ ਚੈਨਲ ਦਾ ਨੰਬਰ ਜਿਹੜਾ ਉੱਪਰ ਹੈਗਾ ਉਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜ਼ਮੀਨਾਂ ਵਾਸਤੇ ਜੇ ਜਾਣਕਾਰੀ ਲੈਣੀ ਹੈ, ਹੋਰ ਜ਼ਮੀਨਾਂ ਦੇਖਣ ਵਾਸਤੇ ਜਾਂ ਇਸ ਜ਼ਮੀਨ ਵਾਸਤੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਹੇਠਾਂ ਜਿਹੜੇ ਨੰਬਰ ਹੈਗੇ ਆ ਉਹਨਾਂ ਨੰਬਰਾਂ ਦੇ ਉੱਪਰ ਸੰਪਰਕ ਤੁਸੀਂ ਕਰ ਸਕਦੇ ਹੋ। ਅਤੇ ਸਾਡੀ ਇੱਕ ਬੇਨਤੀ ਹੈ ਵੀ ਜਿਹੜਾ ਹੇਠਾਂ ਦਿੱਤੇ ਨੰਬਰ ਨੇ ਜਾਂ ਉੱਪਰ ਚੈਨਲ ਦਾ ਨੰਬਰ ਹੈ, ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਹੈ ਜਿਹੜਾ ਕਰ ਸਕਦੇ ਹੋ। ਅਤੇ ਜ਼ਿਆਦਾ ਜਾਣਕਾਰੀ ਹੈ ਜਿਹੜੀ ਹੋਰ ਪ੍ਰਾਪਤ ਹੈ ਜਿਹੜੀ ਕਰ ਸਕਦੇ ਹੋ। ਅਤੇ ਚਾਹਵਾਨ ਵੀਰ ਹੈ ਜਿਹੜੇ ਇਸ ਜ਼ਮੀਨ ਨੂੰ ਖਰੀਦਣਾ ਚਾਹੁੰਦੇ ਹੈ, ਉਹ ਵੀਰ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਹੈ ਜਿਹੜਾ ਕਰ ਸਕਦੇ ਹੈ। ਜੇ ਆਪਾਂ ਇਸ ਜ਼ਮੀਨ ਦੀ ਸ਼ਹਿਰ ਤੋਂ ਦੂਰੀ ਦੀ ਗੱਲ ਕਰੀਏ ਤਾਂ ਸਰਦੂਲਗੜ੍ਹ ਸ਼ਹਿਰ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ 'ਤੇ ਇਹ ਜ਼ਮੀਨ ਹੈ ਜਿਹੜੀ ਸਥਿਤ, ਅਤੇ ਸਰਸਾ ਰਤੀਆ ਰੋਡ ਤੋਂ ਸਿੰਗਲ ਸੜਕ ਦੇ ਉੱਪਰ ਹੈ ਜਿਹੜੀ ਇੱਕ ਪਈ, ਯਾਨੀ ਕਿ 1 ਕਿੱਲਾ ਪਿੱਛੇ ਹਟ ਕੇ ਆਪਾਂ ਕਹਿ ਸਕਦੇ ਹਾਂ 11 ਫੁੱਟ ਪਈ 'ਤੇ ਇਹ ਜ਼ਮੀਨ ਲੱਗਦੀ ਹੈ। ਅਤੇ ਜਿਹਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਸਬਸਕ੍ਰਾਈਬ ਕਰ ਲਓ ਅਤੇ ਫੇਸਬੁੱਕ ਪੇਜ ਨੂੰ ਜਿਹੜਾ ਫੋਲੋ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਸਾਰੇ ਹੀ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।